ਨਵੇਂ ਸੂਬੇ ਦੇ ਨਾਰੇ ਤੇ ਸਿਆਸਤ ਕਰਨ ਤੇ ਮੁਸਲਿਮ ਲੀਗ ਦੇ ਤਰੁੱਟਣ ਦੀਆਂ ਗੱਲ ਹੀ ਕਰਨ ਲਈ ਬੇਨਕਾਬ ਤੇ ਨਕਾਬ ਦੇ ਚੁੱਕੇ ਹਨ ਜਿਹੜੇ ਸਾਥ ਛੋੜ ਗਏ ਉਹਨਾਂ ਦੀ ਨੂਨ ਲੀਗ ਨਾਲ ਖਾਸ ਵਾਬਸਤਗੀ ਕਹਿਣਾ ਹੀ ਨਵਾਜ਼ ਸ਼ਰੀਫ ਦਾ ਪਾਰਲੀਮਾਨੀ ਬੋਰਡ ਤੋਂ ਖਿਤਾਬ ਸ਼ਹਿਬਾਜ਼ ਸ਼ਰੀਫ ਦੀ ਕਾਰਕਰਦਗੀ ਦੀਆਂ ਤਾਰੀਫਾਂ ਜਾਵੇਦ ਹਾਸ਼ਮੀ ਇਲੈਕਸ਼ਨ ਨਾ ਲੜਨ ਦਾ ਐਲਾਨ ਕਰਤਾ ਪਾਰਟੀ ਜਿਹੜੀ ਜ਼ਿੰਮੇਵਾਰੀ ਦੇਸੀ ਪੂਰੀ ਕਰੇ ਸਾਂ ਪੀਟੀਆਈ ਆਪਣੀ ਮੰਜ਼ਿਲ ਵੰਜਾ ਚੁੱਕੀ ਏ ਹਕੂਮਤ ਨੂਨ ਲੀਗ ਦੀ ਹੀ ਬੜ ਸੀ ਤਰੀਕ ਇਨਸਾਫ਼ ਨਜ਼ਰ ਹੀ ਕਹਿਣਾ ਸੀ ਨੂਨ ਲੀਗੀ ਰਹਿਨੁਮਾ ਜਾਵੇਦ ਹਾਸ਼ਮੀ ਦੀ ਮੁਲਤਾਨ ਵਿੱਚ ਮੀਡੀਆ ਨਾਲ ਗੱਲ ਮੁਹਾਰ ਤਰੀਕ ਇਨਸਾਫ਼ ਵਿੱਚ ਟਿਕਟਾਂ ਦੀ ਤਕਸੀਮ ਦਾ ਮਾਮਲਾ ਸੰਗੀਨ ਨਜ਼ਰੀਆਤੀ ਉਮੀਦਵਾਰਾਂ ਕੋਲ ਟਿਕਟ ਨਾ ਮਿਲਣ ਤੇ ਖਿਡਾਰੀਆਂ ਦਾ ਪਾਰਾ ਹਾਈ ਬੰਨੀਗਾਲਾ ਪਿਸ਼ਾਵਰ ਮਰਦਾਨ ਤੇ ਮੁਲਤਾਨ ਸਮੇਤ ਕਈ ਸ਼ਹਿਰਾਂ 'ਚ ਐਹਤਜਾਜ ਪਾਰਲੀਮਾਨੀ ਬੋਰਡ ਦੇ ਖਿਲਾਫ਼ ਸ਼ਦੀਦ ਨਾਅਰੇਬਾਜ਼ੀ ਮਰਦਾਨ ਦੇ ਕਾਰਕੁਨਾਂ ਦਾ ਕਪਤਾਨ ਦੀ ਰਿਹਾਇਸ਼ ਗਾਹ ਤੇ ਭੁੱਖ ਹੜਤਾਲੀ ਕੈਂਪ ਦਾ ਐਲਾਨ ਮੁਜ਼ੱਫਰਨਗਰ 'ਚ ਮਹਿਕਮਾ ਸਿਹਤ ਦੀ ਟੀਮ ਤੇ ਅਸਿਸਟੈਂਟ ਕਮਿਸ਼ਨਰ ਦਾ ਜਾਲੀ ਅਦਵੀਆਤ ਬਣਾਉਣ ਵਾਲੀ ਫੈਕਟਰੀ ਤੇ ਛਾਪਾ ਜਾਲੀ ਦਵਾਈ ਦੀ ਵੱਡੀ ਖੇਪ ਪਕੜ ਗਈ ਇੱਕ ਮੁਲਜ਼ਮ ਗ੍ਰਿਫਤਾਰ ਫੈਕਟਰੀ ਸੀਲ ਕਰ ਦਿੱਤੀ ਗਈ